ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਜ਼ਨ 1469 ਵਿੱਚ ਤੁਹਾਡਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਹਮ ਹਿੰਦੂ ਨਹੀਂ। ਇਸ ਪ੍ਰੋਗਰਾਮ ਦੇ ਪਿਛਲੇ ਐਪੀਸੋਡ ਦੇ ਵਿੱਚ ਅਵਤਾਰਵਾਦ ਨੂੰ ਲੈ ਕੇ ਜਿਹੜਾ ਹਿੰਦੂ ਵੀਰ ਦੇ ਸਵਾਲ ਸੀ ਔਰ ਸਿੱਖ ਵੀਰ ਦੇ ਜਿਹੜੇ ਜਵਾਬ ਸੀ ਉਹਦੇ ਬਾਰੇ ਅਸੀਂ ਚਰਚਾ ਕੀਤੀ ਸੀ। ਕਿਵੇਂ ਹਿੰਦੂ ਵੀਰ ਕਹਿ ਰਹੇ ਨੇ ਕਿ ਆਪਣਾ ਸਿੱਖਾਂ ਦੇ ਵਿੱਚ ਵੀ ਅਵਤਾਰਵਾਦ ਹੈ, ਪਹਿਲੇ ਗੁਰੂ ਨੇ ਅਵਤਾਰ ਧਾਰਿਆ, ਦੂਜੇ ਨੇ ਧਾਰਿਆ, ਜਾਂ ਕਿਵੇਂ ਇਸੇ ਤਰ੍ਹਾਂ ਸਿੱਖਇਜ਼ਮ ਦੇ ਵਿੱਚ ਹੈ। ਪਰ ਗੁਰਮਤ ਦਾ ਜੋ ਸਿਧਾਂਤ ਹੈ, ਗੁਰਬਾਣੀ ਦਾ ਜੋ ਫਰਮਾਨ ਹੈ, ਉਹਦੇ ਹਵਾਲੇ ਦੇ ਕੇ ਭਾਈ ਕਾਨ ਸਿੰਘ ਨਾਭਾ ਨੇ ਆਪਣੀ ਪੁਸਤਕ ਦੇ ਵਿੱਚ ਇੱਕ ਸਿੱਖ ਦੇ ਰੂਪ ਦੇ ਵਿੱਚ ਜਿਹੜੇ ਜਵਾਬ ਦਿੱਤੇ ਨੇ, ਉਹਦੇ ਵਿੱਚ ਉਹਨਾਂ ਨੇ ਕਿਹਾ ਵੀ ਸਿੱਖ ਜਿਹੜਾ ਸਿਧਾਂਤ ਹੈ, ਗੁਰਮਤ ਸਿਧਾਂਤ ਹੈ, ਉਹਦੇ ਵਿੱਚ ਕਿਤੇ ਵੀ ਅਵਤਾਰਵਾਦ ਨੂੰ ਜਿਹੜਾ ਹੈ ਨਹੀਂ ਮੰਨਿਆ ਗਿਆ। ਤਾਂ ਅੱਗੇ ਹੁਣ ਹਿੰਦੂ ਵੀਰ ਦਾ ਜਿਹੜਾ ਸਵਾਲ ਸੀ ਉਹ ਆਪਾਂ ਅੱਜ ਦੇ ਇਸ ਐਪੀਸੋਡ ਦੇ ਵਿੱਚ ਚਰਚਾ ਕਰਾਂਗੇ। ਹਿੰਦੂ ਵੀਰ ਦਾ ਸਵਾਲ, ਜੇ ਆਪ ਦੇ ਮਤ ਵਿੱਚ ਅਵਤਾਰਾਂ ਨੂੰ ਈਸ਼ਵਰ ਰੂਪ ਨਹੀਂ ਮੰਨਿਆ ਔਰ ਉਹਨਾਂ ਦੀ ਉਪਾਸ਼ਨਾ ਵਿਧਾਨ ਨਹੀਂ, ਤਾਂ ਦਸਮ ਗ੍ਰੰਥ ਵਿੱਚ ਇਹ ਕਿਉਂ ਲਿਖਿਆ ਹੈ? ਮਥੁਰਾ ਮੰਡਲ ਕੇ ਵਿਖੈ ਜਨਮ ਧਰਿਓ ਹਰ ਰਾਏ, ਜੇ ਨਰ ਸਿਆਮ ਜੂ ਕੇ ਪਰਸੈਂ ਪੱਗ, ਤੇ ਨਰ ਫੇਰ ਨਾ ਦੇਹ ਧਰੇਂਗੇ। ਇਹ ਕ੍ਰਿਸ਼ਨ ਅਵਤਾਰ ਦੇ ਵਿੱਚੋਂ ਹਵਾਲਾ ਦੇ ਕੇ ਹਿੰਦੂ ਵੀਰ ਸਵਾਲ ਕਰ ਰਿਹਾ ਹੈ। ਐਸੇ ਹੀ ਹੋਰ ਪ੍ਰਸੰਗ ਬਹੁਤ ਹਨ ਜਿਨ੍ਹਾਂ ਤੋਂ ਸਾਬਤ ਹੁੰਦਾ ਹੈ ਕਿ ਦਸਵੇਂ ਗੁਰੂ ਅਵਤਾਰਾਂ ਨੂੰ ਮੰਨਦੇ ਸਨ। ਸੋ ਇਹ ਪ੍ਰਸ਼ਨ ਕਰਦੇ ਨੇ ਹਿੰਦੂ ਵੀਰ ਕਿ ਦਸਵੇਂ ਪਾਤਸ਼ਾਹ ਅਵਤਾਰਾਂ ਨੂੰ ਮੰਨਦੇ ਸਨ। ਅਤੇ ਹੁਣ ਭਾਈ ਕਾਨ ਸਿੰਘ ਨਾਭਾ ਨੇ ਇੱਕ ਸਿੱਖ ਦੇ ਰੂਪ ਵਿੱਚ ਜੋ ਜਵਾਬ ਲਿਖਿਆ ਆਪਣੀ ਪੁਸਤਕ ਦੇ ਵਿੱਚ ਉਹ ਹੈ, ਇਤਿਹਾਸ ਔਰ ਪੁਰਾਣਾਂ ਦੀ ਕਥਾ ਦਾ ਜੋ ਤਰਜਮਾ ਅਥਵਾ ਖੁਲਾਸਾ ਹੋਵੇ ਉਸ ਨੂੰ ਆਪ ਇਹ ਨਹੀਂ ਆਖ ਸਕਦੇ ਕਿ ਇਹ ਦਸਵੇਂ ਸਤਿਗੁਰਾਂ ਦਾ ਸਿੱਖਾਂ ਨੂੰ ਉਪਦੇਸ਼ ਹੈ ਕਿ ਧਰਮ ਉਪਦੇਸ਼ਮਈ ਬਾਣੀ ਗੁਰੂ ਸਾਹਿਬ ਦੀ ਜਾਪ ਔਰ ਸਵੱਈਏ ਆਦਿਕ ਭਿੰਨ ਭਿੰਨ ਹੈ, ਜਿਸ ਵਿੱਚ ਕੇਵਲ ਅਕਾਲ ਦੀ ਮਹਿਮਾ ਹੈ ਔਰ ਅਵਤਾਰ ਆਦਿਕਾਂ ਨੂੰ ਉਸ ਦਾ ਦਾਸ ਕਥਨ ਕੀਤਾ ਹੈ। ਹੁਣ ਅੱਗੇ ਹਿੰਦੂ ਵੀਰ ਦਾ ਸਵਾਲ, ਗੁਰੂ ਗ੍ਰੰਥ ਸਾਹਿਬ ਵਿੱਚ ਮਾਰੂ ਰਾਗ ਵਿਖੇ ਇੱਕ ਅਸਤੋਤਰ ਹੈ ਜਿਸ ਵਿੱਚ ਸਭ ਅਵਤਾਰਾਂ ਦੇ ਨਾਮ ਆਰਾਧਨ ਕਰਨੇ ਦੱਸੇ ਹਨ, ਯਥਾ ਮਧੂਸੂਦਨ ਦਾ ਮੋਦਰ ਸਵਾਮੀ, ਰਿਖੀਕੇਸ਼ ਗੋਵਰਧਨਧਾਰੀ, ਮੁਰਲੀ ਮਨੋਹਰ ਹਰ ਰੰਗਾ, ਮੋਹਨ ਮਾਧਵ ਕ੍ਰਿਸ਼ਨ ਮੁਰਾਰੇ, ਜਗਦੀਸ਼ਵਰ ਹਰ ਜਿਉ ਅਸੁਰ ਸੰਘਾਰੇ, ਧਰਨੀ ਧਰ ਈਸ ਨਰਸਿੰਘ ਨਾਰਾਇਣ, ਦਾੜਾ ਅਗਰੇ ਪ੍ਰਿਥਮ ਤਰਾਇਣ, ਬਾਵਨ ਰੂਪ ਕੀਆ ਤੁਧ ਕਰਤੇ। ਸੋ ਇਹ ਮਾਰੂ ਸੋਲੇ ਮਹੱਲਾ ਪੰਜਵਾਂ ਪੰਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਅੰਗ ਹੈ ਉਹ 1082 ਉੱਤੇ ਸ਼ਬਦ ਹੈ, ਜਿਹਦੀਆਂ ਕਈ ਪੰਕਤੀਆਂ ਵਿੱਚ ਲਿਖ ਕੇ ਹਿੰਦੂ ਵੀਰ ਨੇ ਸਵਾਲ ਕੀਤਾ ਹੈ ਕਿ ਕਿਵੇਂ ਜਿਹੜੇ ਹੈਗੇ ਵੀ ਸਭ ਅਵਤਾਰਾਂ ਦੇ ਨਾਮ ਜਿਹੜੇ ਉਹਨਾਂ ਨੂੰ ਆਰਾਧਨ ਦੀ ਜਿਹੜੀ ਹੈ ਦੱਸੇ ਹੈ ਇਸ ਸ਼ਬਦ ਦੇ ਵਿੱਚ। ਹੁਣ ਭਾਈ ਕਾਨ ਸਿੰਘ ਨਾਭਾ ਇਹਦਾ ਜਿਹੜਾ ਹੈ ਜਵਾਬ ਇਸ ਤਰ੍ਹਾਂ ਲਿਖਦੇ ਨੇ, ਪਿਆਰੇ ਹਿੰਦੂ ਭਾਈ, ਗੁਰੂ ਅਰਜਨ ਸਾਹਿਬ ਨੇ ਇਸੇ ਸ਼ਬਦ ਦੇ ਅੰਤ ਵਿੱਚ ਜਿਸ ਨੂੰ ਆਪ ਅਵਤਾਰਾਂ ਦਾ ਸਤੋਤਰ ਦੱਸਦੇ ਹੋ ਆਪਣਾ ਮਤ ਪ੍ਰਗਟ ਕਰ ਦਿੱਤਾ ਹੈ ਕਿ ਕਿਰਤਮ ਨਾਮ ਕਥੇ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾ ਪੂਰਬਲਾ। ਮਹਾਰਾਜ ਕਥਨ ਕਰਦੇ ਹਨ ਕਿ ਹੇ ਅਕਾਲ, ਉੱਪਰ ਲਿਖੇ ਤੇਰੇ ਕਿਰਤਮ ਅਨੰਤ ਨਾਮ ਕਲਪ ਕੇ ਲੋਕ ਆਪਣੀ ਬੁੱਧੀ ਔਰ ਨਿਚੈ ਅਨੁਸਾਰ ਕਥਨ ਕਰਦੇ ਹਨ, ਪਰ ਇਹ ਤੇਰੇ ਅਸਲ ਨਾਮ ਨਹੀਂ। ਤੇਰਾ ਆਦ ਔਰ ਸ਼੍ਰੋਮਣੀ ਨਾਮ ਸੱਤਿਆ ਹੈ, ਜਿਸਦਾ ਅਰਥ ਹੈ ਕਿ ਸਰਬ ਕਾਲਾਂ ਵਿੱਚ ਇੱਕ ਰਸ ਹੋਣ ਵਾਲਾ, ਜਿਹਦੀ ਵਿਆਖਿਆ ਗੁਰੂ ਨਾਨਕ ਸਾਹਿਬ ਕਰਦੇ ਹਨ, ਆਦ ਸੱਚ, ਜੁਗਾਦ ਸੱਚ, ਹੈਪੀ ਸੱਚ, ਨਾਨਕ ਹੋਸੀ ਪੀ ਸੱਚ। ਗੁਰਬਾਣੀ ਵਿੱਚ ਅਨੇਕ ਨਾਮ ਅਜਿਹੇ ਵੀ ਹਨ ਜੋ ਖਾਸ ਖਾਸ ਅਵਤਾਰ ਔਰ ਦੇਵਤਿਆਂ ਨਾਲ ਸੰਬੰਧ ਰੱਖਦੇ ਹਨ, ਪਰ ਉਹੀ ਨਾਮ ਅਨੇਕ ਸਥਾਨਾਂ ਵਿੱਚ ਗੁਰੂ ਸਾਹਿਬ ਨੇ ਵਾਹਿਗੁਰੂ ਅਰਥ ਵਿੱਚ ਵਰਤੇ ਹਨ। ਇਸੇ ਬਾਤ ਨੂੰ ਯਥਾਰਥ ਸਮਝੇ ਬਿਨਾਂ ਬਹੁਤ ਲੋਕ ਧੋਖੇ ਵਿੱਚ ਪੈ ਜਾਂਦੇ ਹਨ ਔਰ ਗੁਰਬਾਣੀ ਦੇ ਤੱਤ ਤੋਂ ਖਾਲੀ ਰਹਿੰਦੇ ਹਨ। ਹੁਣ ਇੱਥੇ ਦੋ ਜਿਹੜੇ ਫੁੱਟਨੋਟ ਭਾਈ ਕਾਨ ਸਿੰਘ ਨਾਭਾ ਨੇ ਨੰਬਰ 1 ਨੰਬਰ 2 ਕਰਕੇ ਲਿਖੇ ਨੇ, ਜਿਹਦੇ ਵਿੱਚ ਵੀ ਪਹਿਲਾ ਫੁੱਟਨੋਟ ਲਿਖਿਆ ਹੈ, ਪਰ ਉਹੀ ਨਾਮ ਅਨੇਕ ਸਥਾਨਾਂ ਵਿੱਚ ਗੁਰੂ ਸਾਹਿਬ
ने वाहेगुरु अर्थ विच वरते हैं उहदा फुटनोट दिता है। इस तरह मुसलमानां दा अल्लाह नाम पुराने समय विच एक खास मूर्ति दा सी और कुरान विच केवल अकाल दा बोधक है और अंग्रेजी दा गोड शब्द ट्यूटन्स लोग देवत्यां दे अर्थ विच वरतदे सन। जद ट्यूटना ने ईसाई मत अंगीकार किया तो गॉड पद का अर्थ परमेश्वर होया है। ऐसे ही यहोवा पद जिसनों यहूदी लोग केवल परमात्मा का बोधक मानते हैं पुराने समय में असीरिया दे खास देवते का अर्थ रखता सी। इस तरह अनंत नाम अनेक मतां विच हन। सो इत्थे भाई कान सिंह नाम ने स्पष्ट किया है कि जिहड़े नाम है वह कई बार जिदा अल्लाह सी वह पहला एक समय एक खास मूर्ति लई शब्द वरत्या जाता सी जबकि कुरान दे विच उह शब्द पर अकाल पुरख दे लई वरत्या गया है। इस तरह गॉड शब्द भी जिहड़ा हैगा सी वह जिहड़े ट्यूटन लोग है वह देवत्यां दे अर्थ विच वरतदे सन पर बाद विच इह ईसाई मत उह लोगों ने ईसाई मत ग्रहण कर लिया तो वह जिहड़ा गॉड शब्द है वह परमेश्वर का रूप हो गया भी परमेश्वर उन्होंने परमेश्वर का अर्थां विच लिया जाण लग्या। इस तरह यहोवा दे उन्होंने उदाहरण दित्ती है। सो इस तरह जे कहिंदे उपर गुरबाणी दे विच नाम आया तो उन्होंने अर्थ सही तरह नाल सानूं जाण लैने चाहीदे हन। अगे भाई कान सिंह नाभा लिखते हैं देखो इन्हां शब्दां विच राम आदिक नाम देहधारियां दे हन जिवें वार आसा महला पहला अंग हैगा 464 उहदे ते लिखिया होर कहते राम रवाल। इस तरह श्लोक महला नौवें की पंक्ति है राम गयो रावण गयो जाको वो परिवार। यह पंक्तियाँ बिचों बिच भाई कान सिंह नाभा ने ताकि पुस्तक का वड्डा विस्थार ना हो जाए तो वह मेन मेन पंक्तियाँ उन्होंने लैके दित्तियां है। अगे जपजी साहब की पंक्ति है केते कान महेश उस तो अगे लिखा सूई महला चौथे की बाणी है ब्रह्मा बिसन महादेव त्रै गुण रोगी पार ना पाए सकै पद्मापत ये तपसा सवैये। और इन्ह शब्दों में अकाल बोधक नाम हमने ये दसिया भी जेडे ये पंक्तियों के राम शब्द है वह हैगा जेडे नाम देवधारियों देहधारी जेडे इस संसार के आए उन्होंने वरते सी। सो जेडे ये पंक्तियां सी इन्हां विच जेडे शब्द है जां राम शब्द आया है जां किवें है वह देहधारी जेडे देही दे रूप में संसार के उन्होंने प्रयोग किए गए हैं जदों आपां अर्थ पढ़ते हैं गुरबाणी के। हुण जिहड़े अगे उदाहरण दे रहे ने भाई कान सिंह नाभा दा उन्हां विच जिहड़े यही नाम ने यह अकाल बोधिक ने वह किवें ने वह पंक्तियां दित्तियां ने जिवें पहली पंक्ति है गौण महला पंजवां रमत राम सब रहो समाए ये गौण महला पंजवें चों टेक एक रघुनाथ श्लोक महला नौवां सिमरियो नाही कनाई मारू महला नौवां हर जपिए सारंग पाणी हे मारू महला चौथा बिसन की माया ते होए पिन गोड़ी सुखनी महला पंजवां पत सियों किनी श्री पद्मा पत पाए ये तपसा सवैये अकाल उस्तत विचों। अगे है जे नर श्री पत के प्रस हैं पग सुधा सवैये अकाल उस्तत विचों। सो ये जड़े शब्द वरते गए ने जिन्हें जिहड़े के रघुनाथ है राम है कनाई है सारंग पाणी है बिसन की माया ते होए भिन्न जां फिर पद्मापत शब्द है जिहड़े इह जिहड़े हैगे अकाल बोधक ने अकाल पुरख लई प्रयोग किए गए हैं। सो गुरबाणी जिहड़ी हैगी है जदों आपां नूं पढ़दे आ उहनूं अर्थां नूं पढ़दे आ तो सानूं उह संकेत करदी है जदों अर्थ असीं समझदे हां वी इह राम शब्द है जां कोई भी शब्द है उह किस लई प्रयोग किन्हां अर्थां विच प्रयोग होया तां इह सानूं समझना चाहिए है। एवें नहीं असीं चक के कोई शब्द भी अगे लिया के असीं कह दी भी इह शब्द फलाणे अवतार नाल संबंधित है गुरु साहब जिहड़े है भी उह अवतारां नूं मानदे सी जां अवतारवाद नूं मानदे सी अजिहा कुछ नहीं है। इस तरह भाई कान सिंह नाभा ने अपने हिंदू वीर नूं इह समझाणा किया भी गुरमत दे विच अवतारवाद दे लई कोई स्थान नहीं हैगा गुरमत अवतारवाद नूं नहीं मानदी सिर्फ तो सिर्फ अकाल पुरख वाहिगुरू नूं उहदे उह जिहड़ा सर्व शक्तिमान है जिन्हें सारे संसार सृष्टि नूं ब्रह्मंडा नूं जिन्हें एक पल दे विच बना दिता जो उहनां नूं एक पल दे विच फना कर सकदा है
गुरमत उहदे लड़ सारे नूं लांदी है ते उहनूं ही मंनदी है। उस तों इलावा होर हो अवतारवाद दे चक्करां विच गुरमत दा जां सिद्धांत आ जां सिखिज़म दा सिद्धांत आ उह नहीं मंनदा, जदों कि हिंदूइज़म दे विच जिहड़े है वख वख अवतार होए ने और 33 करोड़ देवते होए ने। सो इस तरह हिंदूइज़म दा एक अपना जिहड़ा हैगा महान विरसा है ते सिखिज़म दा वखरा है। इस करके जे हिंदूइज़म धर्म ਦੇ ਕਸਵਟੀ ਦੇ ਦੇਖੇ ਜਾਵੇ ਤਾਂ ਦੋਨੇ ਧਰਮਾਂ ਦੇ ਰਸਤੇ ਜਿਹੜੇ ਹੈਗੇ ਆ ਉਹ ਵੱਖਰੇ ਵੱਖਰੇ ਆ, ਭਾਵੇਂ ਉਹ ਰਸਤੇ ਵੱਖਰੇ ਵੱਖਰੇ ਹੋ ਕੇ ਪਹੁੰਚਦੇ ਸਾਰੇ ਉਸ ਅਕਾਲ ਪੁਰਖ ਵਾਹਿਗੁਰੂ ਕੋਲ ਹੀ ਹੈ। ਪਰ ਜਦੋਂ ਅਸੀਂ ਧਰਮਾਂ ਦੀ ਗੱਲ ਕਰਦੇ ਹਾਂ ਤਾਂ ਸਿੱਖ ਧਰਮ ਸਿੱਧਾ ਜਿਹੜਾ ਹੈਗਾ ਉਸ ਅਕਾਲ ਪੁਰਖ ਦੀ ਹੀ ਗੱਲ ਕਰਦਾ ਹੈ। ਸੋ ਇਸ ਕਰਕੇ ਸਿੱਖਿਜ਼ਮ ਔਰ ਹਿੰਦੂਇਜ਼ਮ ਦੇ ਵਿੱਚ ਜਿਹੜਾ ਹੈਗਾ ਸਿੱਖ ਔਰ ਹਿੰਦੂ, ਸਿੱਖ ਜਿਹੜੇ ਆ ਹਿੰਦੂਆਂ ਨਾਲੋਂ ਵੱਖਰੇ ਹੈ। ਇਹੀ ਜਿਹੜੇ ਭਾਈ ਕਾਨ ਸਿੰਘ ਨਾਭਾ ਨੇ ਆਪਣੀ ਪੁਸਤਕ ਦਾ ਨਾਮ ਰੱਖਿਆ ਹੈ ਵੀ ਹਮ ਹਿੰਦੂ ਨਹੀਂ, ਇਹ ਸਾਰੇ ਉਸੇ ਹਵਾਲਿਆਂ ਨੂੰ ਉਸੇ ਜਿਹੜਾ ਨਾਮ ਨੂੰ ਸਿੱਧ ਕਰਨ ਲਈ ਇਹ ਵੱਖ ਵੱਖ ਹਵਾਲੇ ਭਾਈ ਕਰਮ ਸਿੰਘ ਨਾਭਾ ਨੇ ਦਿੱਤੇ ਨੇ। ਔਰ ਹਿੰਦੂ ਵੀਰ ਦੇ ਜੋ ਵੀ ਸਵਾਲ ਹੁੰਦੇ ਆ ਉਹਨਾਂ ਨੂੰ ਮੁੱਖ ਰੱਖ ਕੇ ਆਪਣੇ ਜਵਾਬ ਜਿਹੜੇ ਆਪਣੀ ਪੁਸਤਕ ਦੇ ਵਿੱਚ ਉਹਨਾਂ ਨੇ ਦਿੱਤੇ ਨੇ। ਹੁਣ ਅੱਗੇ ਜਿਹੜਾ ਹੈਗਾ ਦੇਵੀ ਦੇਵਤਾ, ਇਹ ਕਰਕੇ ਇਹ ਭਾਈ ਕਰਮ ਸਿੰਘ ਨਾਭਾ ਨੇ ਹੈਡਿੰਗ ਦਿੱਤਾ ਹੈ ਜਿਹਨੂੰ 4 ਨੰਬਰ ਲਿਖਿਆ ਹੈ, ਅਤੇ ਉਹਦੇ ਵਿੱਚ ਉਹ ਲਿਖਦੇ ਨੇ ਵੀ ਆਪ ਦੇਵੀ ਔਰ ਦੇਵਤਿਆਂ ਨੂੰ ਵਰਦਾਇਕ ਮੰਨ ਕੇ ਉਹਨਾਂ ਦੀ ਉਪਾਸ਼ਨਾ ਕਰਦੇ ਹਨ ਔਰ ਉਹਨਾਂ ਦੇ ਇਤਨੇ ਭੇਦ ਕਲਪੇ ਹੋਏ ਹਨ ਕਿ ਕੋਈ ਵਿਦਵਾਨ ਹਿੰਦੂ ਵੀ ਪੂਰੀ ਗਿਣਤੀ ਕਰਕੇ ਨਹੀਂ ਦੱਸ ਸਕਦਾ ਕਿ ਇਤਨੇ ਦੇਵੀ ਦੇਵਤੇ ਹਨ। ਪਰ ਸਿੱਖ ਧਰਮ ਵਿੱਚ ਦੇਵੀ ਦੇਵਤਾ ਆਦਿਕ ਦੇ ਵਿਸ਼ੇ ਵਿੱਚ ਇਹ ਰਾਏ ਹੈ। ਕੀ ਰਾਏ ਆ ਉਹ ਅਸੀਂ ਨੈਕਸਟ ਜਿਹੜਾ ਐਪੀਸੋਡ ਆ ਉਹਦੇ ਵਿੱਚ ਅਸੀਂ ਤੁਹਾਡੇ ਨਾਲ ਸਾਂਝ ਕਰ ਪਾਵਾਂਗੇ। ਦੇਵੀ ਦੇਵਤਾ ਦਾ ਜਿਹੜਾ ਸੰਕਲਪ ਹੈ ਹਿੰਦੂਇਜ਼ਮ ਦੇ ਵਿੱਚ ਔਰ ਸਿੱਖ ਉਸ ਸੰਕਲਪ ਨੂੰ ਕਿਵੇਂ ਦੇਖਦੇ ਨੇ, ਗੁਰਮਤਿ ਸਾਨੂੰ ਕੀ ਸਿਖਾਉਂਦੀ ਹੈ, ਉਹਨੂੰ ਆਧਾਰ ਬਣਾ ਕੇ ਜਿਹੜਾ ਸਿੱਖ ਔਰ ਹਿੰਦੂ ਦੀ ਜਿਹੜੀ ਵਿਚਾਰਧਾਰਾ ਹੈ ਸਿੱਖਇਜ਼ਮ ਦੇ ਧਰਮ ਨੂੰ ਲੈ ਕੇ ਉਹਦੀ ਗੱਲ ਭਾਈ ਕਰਮ ਸਿੰਘ ਨਾਭਾ ਨੇ ਕੀਤੀ ਹੈ। ਅਤੇ ਵੀ ਦੇਵੀ ਦੇਵਤੇ ਜਿਹੜੇ ਆ ਉਹ ਵਰ ਦਿੰਦੇ ਹੈ ਤਾਂ ਉਹਨਾਂ ਵਰਾਂ ਦੀ ਪ੍ਰਾਪਤੀ ਲਈ ਜਿਹੜੇ ਹੈਗੇ ਆ ਸਦੀਆਂ ਤੋਂ ਉਹਨਾਂ ਨੂੰ ਉਹ ਵਰ ਪ੍ਰਾਪਤ ਕਰਨ ਲਈ ਵੱਖ ਵੱਖ ਜਿਹੜੇ ਰਿਸ਼ੀ ਮੁਨੀ ਹੈ ਜਾਂ ਕੋਈ ਵੀ ਹੈ ਉਹ ਉਹਨਾਂ ਦੀ ਤਪੱਸਿਆ ਕਰਦੇ ਨੇ ਵੀ ਸਾਨੂੰ ਇਹ ਵਾਰ ਜੇ ਅਸੀਂ ਫਲਾਣੇ ਦੀ ਤਪੱਸਿਆ ਕਰਾਂਗੇ ਤਾਂ ਸਾਨੂੰ ਆਹ ਵਾਰ ਪ੍ਰਾਪਤ ਹੋਏਗਾ, ਜਾਂ ਆਹ ਵਾਰ ਪ੍ਰਾਪਤ ਕਰਨ ਲਈ ਸਾਨੂੰ ਸਪੈਸ਼ਲ ਵਿਸ਼ੇਸ਼ ਤਰ੍ਹਾਂ ਦੀ ਤਪੱਸਿਆ ਕਰਨੀ ਪੈਣੀ, ਵਿਸ਼ੇਸ਼ ਤਰ੍ਹਾਂ ਦਾ ਜਿਹੜਾ ਹੈਗਾ ਅਭਿਆਸ ਨਾਮ ਅਭਿਆਸ ਕਰਨਾ ਪੈਣਾ ਤਾਂ ਸਾਨੂੰ ਉਹਦੀ ਪ੍ਰਾਪਤੀ ਹੋਏਗੀ। ਪਰ ਸਿੱਖਇਜ਼ਮ ਦੇ ਵਿੱਚ ਇਹਦੇ ਲਈ ਕੀ ਵਿਚਾਰਧਾਰਾ ਹੈਗੀ ਹੈ, ਗੁਰਮਤਿ ਦੇ ਵਿੱਚ ਕੀ ਵਿਚਾਰਧਾਰਾ ਹੈ, ਗੁਰਬਾਣੀ ਜਾਂ ਗੁਰੂ ਸਾਹਿਬਾਨ ਨੇ ਸਾਨੂੰ ਕੀ ਰਸਤਾ ਦੱਸਿਆ ਹੈ ਕਿ ਸਿੱਖਾਂ ਨੂੰ ਵੀ ਵਰ ਪ੍ਰਾਪਤ ਕਰਨ ਲਈ ਕਿਹੋ ਜਿਹਾ ਜਿਹੜਾ ਹੈਗਾ ਨਾਮ ਜਪਣਾ ਹੈ ਜਾਂ ਕਿਵੇਂ ਦਾ ਹੈ, ਉਹਦੇ ਬਾਰੇ ਭਾਈ ਕਰਮ ਸਿੰਘ ਨਾਭਾ ਨੇ ਕੀ ਲਿਖਿਆ ਉਹ ਅਸੀਂ ਅਗਲੇ ਐਪੀਸੋਡ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਵਾਂਗੇ। ਸੋ ਤੁਹਾਨੂੰ ਇਹ ਐਪੀਸੋਡ ਕਿਵੇਂ ਲੱਗਿਆ ਇਹ ਪ੍ਰੋਗਰਾਮ ਹਮ ਹਿੰਦੂ ਨਹੀਂ ਜਾਂ ਹਮ ਹਿੰਦੂ ਨਹੀਂ ਪੁਸਤਕ ਜਿਹੜੀ ਤੁਸੀਂ ਪੜ੍ਹੀ ਹੈ ਤਾਂ ਤੁਹਾਡੇ ਕੀ ਵਿਚਾਰ ਹੈ, ਤਾਂ ਤੁਸੀਂ ਜ਼ਰੂਰ ਸਾਡੇ ਇਸ ਐਪੀਸੋਡ ਦੇ ਕਮੈਂਟ ਬਾਕਸ ਵਿੱਚ ਜਾ ਕੇ ਸਾਡੇ ਨਾਲ ਜ਼ਰੂਰ ਸਾਂਝ ਪਾਓ। ਅਤੇ ਜੇ ਤੁਹਾਡਾ ਕੋਈ ਸੁਝਾਅ ਤਾਂ ਸਾਨੂੰ ਜ਼ਰੂਰ ਦਿਓ। ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਵਿਜ਼ਨ 1469 ਨਾਲ ਅਤੇ ਇਸ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਵੱਧ ਤੋਂ ਵੱਧ ਸਾਰੇ ਉਹਨਾਂ ਵੀਰਾਂ ਭੈਣਾਂ ਤੱਕ ਪਹੁੰਚ ਸਕੇ ਜਿਹੜੇ ਸਿੱਖਇਜ਼ਮ ਨੂੰ ਜਾਣਨਾ ਚਾਹੁੰਦੇ ਨੇ, ਸਿੱਖਇਜ਼ਮ ਦੀ ਜਿਹੜੀ ਵਿਲੱਖਣਤਾ ਨੂੰ ਜਾਣਨਾ ਚਾਹੁੰਦੇ ਹੈ ਉਹਨਾਂ ਤੱਕ ਇਹ ਜਿਹੜਾ ਸਾਰਾ ਪ੍ਰੋਗਰਾਮ ਪਹੁੰਚ ਸਕੇ। ਸੋ ਇਸੇ ਤਰ੍ਹਾਂ ਤੁਸੀਂ ਜੁੜੇ ਰਹੋ ਅਤੇ ਹੁਣ ਮੈਨੂੰ ਦਿਓ ਇਜਾਜ਼ਤ ਭੁੱਲਾਂ ਚੁੱਕਣ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।